ਵੀ ਜਿਹੜੀ ਅਸੀਂ ਰੈਲੀ ਕੀਤੀ ਹੈ ਤਿੰਨ ਸਤੰਬਰ ਦੀ, ਉਹਦੇ ਲਈ ਅਸੀਂ ਆਪਣਾ 23-8 ਨੂੰ ਜਿਹੜਾ ਨੋਟਿਸ ਜਿਹੜਾ ਹੈ ਮੁੱਖ ਮੰਤਰੀ ਨੂੰ ਭੇਜ ਦਿੱਤਾ ਸੀਗਾ, ਕਿਉਂਕਿ ਉਹ ਵਾਰ ਵਾਰ ਮੀਟਿੰਗਾਂ ਮੁਲਤਵੀ ਕਰਦੇ ਸਨ, ਉਹਦੇ ਸੰਬੰਧੀ ਅਸੀਂ ਆਪਣਾ ਰੋਸ ਪੇਪਰ ਲਿਖ ਕੇ ਭੇਜਿਆ ਸੀਗਾ, ਤੇ ਨਾਲ ਹੀ ਇਹ ਕਿਹਾ ਸੀਗਾ ਵੀ ਜੇ ਸਾਡੀ ਮੁੱਖ ਮੰਤਰੀ ਜੀ ਬੜੀ ਤੁਹਾਡੇ ਵੱਲ ਮੀਟਿੰਗ ਨਾ ਹੋਈ ਤਾਂ ਅਸੀਂ 3 ਸਤੰਬਰ ਨੂੰ ਚੰਡੀਗੜ੍ਹ ਰੈਲੀ ਕਰਾਂਗੇ। ਹੁਣ ਹੈਰਾਨੀ ਦੀ ਗੱਲ ਹੈ ਵੀ 3 ਸਤੰਬਰ ਨੂੰ ਜਦੋਂ ਅਸੀਂ ਚੰਡੀਗੜ੍ਹ ਰੈਲੀ ਕਰਦੇ ਹਾਂ ਤੇ ਅਸੀਂ ਪੁਲਿਸ ਪੁਜੀ ਜਦੋਂ ਆਪਣਾ ਉੱਥੇ ਵਹੀਕਲ ਮਾਰਚ ਕਰਨਾ ਸ਼ੁਰੂ ਕੀਤਾ ਤਾਂ ਜਿਹੜਾ ਉੱਥੇ ਚੌਂਕ ਵਿੱਚ ਜਾਮ ਲੱਗਿਆ, ਮੈਂ ਸਮਝਦਾ ਪੁਲਿਸ ਪ੍ਰਸ਼ਾਸਨ ਤੱਕ ਲੱਗਿਆ ਹੈ, ਜਿਹਨਾਂ ਨੇ ਸਾਡੀਆਂ ਗੱਡੀਆਂ ਦੇ ਮੂਹਰੇ ਜਿਹੜੇ ਹੈ ਟਿੱਪਰ ਲਗਾ ਦਿੱਤੇ ਹੈ, ਟਿੱਪਰ ਲਗਾ ਕੇ ਉਹਨਾਂ ਨੇ ਸਾਰਾ ਚੌਂਕ ਘੇਰ ਲਿਆ, ਤੇ ਜਿਹਦੇ ਕਰਕੇ ਜਿਹੜੇ ਮੁਲਾਜ਼ਮ ਹੈ ਪੈਨਸ਼ਨਰ ਹੈ ਉਹ ਅੱਗੇ ਨਹੀਂ ਜਾ ਸਕੇ, ਇਸ ਕਰਕੇ ਜਿਹੜੀ ਲੋਕਾਂ ਨੂੰ ਉੱਥੇ ਕੁਛ ਤਕਲੀਫ ਆਈ ਹੈ ਉਹ ਮੈਂ ਸਮਝਦਾ ਚੰਡੀਗੜ੍ਹ ਦੇ ਪ੍ਰਸ਼ਾਸਨ ਤੇ ਕੁਛ ਕਰਕੇ ਆਈ ਹੈ, ਕਿਉਂਕਿ ਮੁਲਾਜ਼ਮ ਬਿਲਕੁਲ ਵੀ ਸ਼ਾਂਤਮਈ ਜਿਹੜਾ ਰੈਲੀ ਕੀਤੀ ਉਹਨੇ ਸ਼ਾਂਤਮਈ, ਤੁਸੀਂ ਹੈਰਾਨ ਹੋਵੋਗੇ ਸਾਡੀ ਰੈਲੀ ਚੱਲਦੇ ਹਨ, ਅਸੀਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੂੰ ਬਾਰ ਬਾਰ ਅਪੀਲ ਕਰਨ ਦੇ ਬਾਅਦ ਵੀ ਕੋਈ ਵੀ ਚੰਡੀਗੜ੍ਹ ਪ੍ਰਸ਼ਾਸਨ ਦਾ ਜਾਂ ਪੰਜਾਬ ਸਰਕਾਰ ਦਾ ਨੁਮਾਇੰਦਾ ਜਿਹੜਾ ਹੈ 39 ਸੈਕਟਰ ਦੀ ਰੈਲੀ ਸਥਾਨ ਦੇ ਉੱਤੇ ਕੋਈ ਵੀ ਸਾਡਾ ਮੰਗ ਪੱਤਰ ਲੈਣ ਵਾਸਤੇ ਉੱਥੇ ਨਹੀਂ ਪਹੁੰਚਿਆ, ਜਿਹਦੇ ਕਰਕੇ ਸਾਨੂੰ ਮਜਬੂਰ ਜਿਹੜਾ ਉੱਥੇ ਮਾਰਚ ਕਰਨ ਲਈ ਅਸੀਂ ਮਜਬੂਰ ਹੋਣਾ ਪਿਆ ਉਹਦੇ ਲਈ ਸਾਨੂੰ। ਅਸੀਂ ਇਹ ਸਮਝਦੇ ਹਾਂ ਬਈ ਪੰਜਾਬ ਸਰਕਾਰ ਦੀ ਜਿਹੜੀ ਇਹ ਪਹਿਲੀ ਵਾਰੀ ਹੋ ਰਿਹਾ ਵੀ ਜਦੋਂ ਕੋਈ ਸਮਾਂ ਹੁੰਦਾ ਸੀ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਗੱਲ ਕਹਿੰਦਾ ਸੀ ਤਾਂ ਲੋਕ ਉਹਦੀ ਗੱਲ ਦੇ ਉੱਤੇ ਪੂਰਾ ਵਿਸ਼ਵਾਸ ਕਰਦੇ ਸੀ, ਉਹਦੀ ਗੱਲ ਦੇ ਵਿੱਚ ਵਜਨ ਹੁੰਦਾ ਸੀ। ਅੱਜ ਹੈਰਾਨੀ ਹੋ ਰਹੀ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਜੀ 7 ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਜਿਹੜੇ ਮੀਟਿੰਗਾਂ ਨੇ ਹੋ ਰਹੀਆਂ, ਮੈਂ ਸਮਝਦਾ ਇਹ ਸਰਕਾਰ ਲਈ ਇੱਕ ਤਮਾਸ਼ਾ ਬਣ ਗਿਆ ਹੈ ਤੇ ਸਰਕਾਰ ਦਾ ਹਲਕਾਪਣ, ਤੇ ਸਰਕਾਰ ਇੱਕ ਮੈਂ ਸਮਝਦਾ ਵੀ ਲੋਕਾਂ ਦੇ ਅੰਦਰ ਸਰਕਾਰ ਦਾ ਅਕਸ਼ ਜਿਹੜਾ ਲਗਾਤਾਰ ਖਰਾਬ ਹੋ ਰਿਹਾ ਜਿਵੇਂ ਸਰਕਾਰ ਕਰ ਰਹੀ ਹੈ। ਤੁਸੀਂ ਹੈਰਾਨ ਹੋਵੋਗੇ ਵੀ ਮੁੱਖ ਮੰਤਰੀ ਜੀ ਨੇ 29 ਮਾਰਚ 2023 ਨੂੰ ਮੀਟਿੰਗ ਦਿੱਤੀ ਜਿਹੜੀ ਨਹੀਂ ਹੋਈ, 3 ਅਪ੍ਰੈਲ 2023 ਨੂੰ ਮੀਟਿੰਗ ਦਿੱਤੀ ਜਿਹੜੀ ਨਹੀਂ ਹੋਈ, ਉਹ ਤੋਂ ਬਾਅਦ 1 ਜੁਲਾਈ ਨੂੰ ਸਾਡੀ ਕਵਾਨਾ ਭਵਨ ਦੇ ਵਿੱਚ ਮੀਟਿੰਗ ਹੋਈ ਸੀਗੀ, ਉਸ ਮੀਟਿੰਗ ਦੇ ਵਿੱਚ ਤੈਅ ਕੀਤਾ ਸੀਗਾ ਵੀ 25 ਜੁਲਾਈ ਨੂੰ ਦੁਬਾਰਾ ਮੀਟਿੰਗ ਕਰਾਂਗੇ, 25 ਜੁਲਾਈ ਦੀ ਮੀਟਿੰਗ ਨਹੀਂ ਹੋਈ, ਫਿਰ 2 ਅਗਸਤ ਦੀ ਮੀਟਿੰਗ ਦਿੱਤੀ, 2 ਅਗਸਤ ਦੀ ਮੀਟਿੰਗ ਨਹੀਂ ਹੋਈ, ਫਿਰ 22 ਅਗਸਤ ਦੀ ਮੀਟਿੰਗ ਦਿੱਤੀ, ਫਿਰ 22 ਅਗਸਤ ਦੀ ਮੀਟਿੰਗ ਨਹੀਂ ਹੋਈ, ਤੇ ਇਹ ਤੋਂ ਵੀ ਅੱਗੇ ਹੈਰਾਨੀ ਇਹ ਹੋ ਗਈ ਹੈ ਕਿ ਮੁੱਖ ਮੰਤਰੀ ਜੀ ਵੱਲੋਂ ਆਹ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਗੱਲ ਇੱਥੇ ਪਹੁੰਚ ਗਈ ਕਿ ਉਹਨਾਂ ਨੇ ਆਹ ਮੀਟਿੰਗ ਕਰਨ ਤੋਂ ਕਿਨਾਰਾ ਵੱਟ ਲਿਆ ਤੇ ਉਹਨਾਂ ਨੇ ਫਿਰ 12 ਸਤੰਬਰ ਦੀ ਸਾਨੂੰ ਜਿਹੜੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਨਿਰਧਾਰਤ ਕਰ ਦਿੱਤੀ, ਜਿਹੜਾ ਅਸੀਂ ਲਿਖਤੀ ਰੂਪ ਚ ਭੇਜਿਆ ਵੀ ਅਸੀਂ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਨਹੀਂ ਕਰਾਂਗੇ, ਕਿਉਂਕਿ ਅਸੀਂ ਇਸ ਆਧਾਰ ਤੇ ਕਿਹਾ ਕਿਉਂਕਿ ਪਹਿਲਾਂ ਸਾਡੀ ਵਿੱਤ ਮੰਤਰੀ ਜੀ ਨਾਲ 5 ਮੀਟਿੰਗਾਂ ਸਾਡੀਆਂ ਵਿੱਤ ਮੰਤਰੀ ਜੀ ਨਾਲ ਹੋਈਆਂ, 20 ਸਤੰਬਰ 2022 ਨੂੰ ਸਾਡੀ ਮੀਟਿੰਗ ਵਿੱਤ ਮੰਤਰੀ ਜੀ ਨਾਲ ਹੋਈ, 18 ਮਈ 2023 ਨੂੰ ਵਿੱਤ ਮੰਤਰੀ ਜੀ ਨਾਲ ਮੀਟਿੰਗ ਹੋਈ, 29 ਮਈ 2023 ਨੂੰ ਵਿੱਤ ਮੰਤਰੀ ਜੀ ਨਾਲ ਮੀਟਿੰਗ ਹੋਈ, 23 ਜੂਨ 2023 ਨੂੰ ਵਿੱਤ ਮੰਤਰੀ ਜੀ ਨਾਲ ਮੀਟਿੰਗ ਹੋਈ ਤੇ 18 ਜੁਲਾਈ 2023 ਨੂੰ ਵਿੱਤ ਮੰਤਰੀ ਜੀ ਨਾਲ ਮੀਟਿੰਗ ਹੋਈ। ਇਹ ਤੋਂ ਪਹਿਲਾਂ ਸਾਡੀ 21 ਫਰਵਰੀ 2023 ਨੂੰ ਮੁੱਖ ਸਕੱਤਰ ਜੀ ਨਾਲ ਮੀਟਿੰਗ ਹੋਈ ਹੈ, ਉਹ ਤੋਂ ਬਾਅਦ 4 ਮਾਰਚ 2024 ਨੂੰ ਸਪੈਸ਼ਲ ਚੀਫ ਸੈਕਟਰੀ ਜਿਹੜੇ ਵਿਜੋਏ ਸ਼ਰਮਾ ਜੀ ਹੈ, ਤੁਸੀਂ ਹੈਰਾਨ ਹੋਵੋਗੇ ਸਾਨੂੰ ਲਿਖਤੀ ਮੀਟਿੰਗ ਦਾ ਸੱਦਾ ਪੱਤਰ ਦੇਣ ਤੋਂ ਬਾਅਦ ਜਦੋਂ ਉਹ ਸਾਡੇ ਪਾਸ ਬਣ ਗਏ ਅਸੀਂ ਉੱਪਰ ਚਲੇ ਗਏ, ਉਸ ਵੇਲੇ ਸਾਨੂੰ ਇਹ ਕਿਹਾ ਗਿਆ ਵੀ ਤੁਹਾਡਾ ਅੱਜ ਦੀ ਮੀਟਿੰਗ 'ਚ ਕੋਈ ਸ਼ਡਿਊਲ ਨਹੀਂ ਹੈ, ਤਾਂ ਇਸ ਕਰਕੇ ਮੈਂ ਸਮਝਦਾ ਸਾਡੇ ਕੋਲ ਜਦੋਂ ਸਰਕਾਰ ਮੀਟਿੰਗਾਂ ਤੋਂ ਭੱਜਣੀ ਹੋਵੇ, ਗੱਲਬਾਤ ਤੋਂ ਭੱਜਣੀ ਹੋਵੇ, ਸਾਡੀ ਕਿਸੇ ਮੰਗ ਨੂੰ ਪ੍ਰਵਾਨ ਨਾ ਕਰਨੀ ਹੋਵੇ, ਅਮਲੀ ਰੂਪ ਨਾ ਦੇਣੀ ਹੋਵੇ, ਤਾਂ ਸਾਡੇ ਕੋਲ ਫਿਰ ਸੰਘਰਸ਼ਾਂ ਤੋਂ ਬਗੈਰ ਕੋਈ ਰਾਹ ਨਹੀਂ ਹੈ, ਤੇ ਸੰਘਰਸ਼ ਜਿਹੜੇ ਅਸੀਂ ਅਮਲੀਪੂਰਵਕ ਸੰਘਰਸ਼ ਕਰਦੇ ਹਾਂ ਤੇ ਜਿਹਦੇ ਤੇ ਅਸੀਂ 3 ਸਤੰਬਰ ਨੂੰ ਬਿਲਕੁਲ ਅਮਲੀਪੂਰਵਕ ਕੀਤਾ ਹੈ, ਪਰ ਸਾਡੇ ਸੰਘਰਸ਼ ਨੂੰ ਸਰਕਾਰ ਤੇ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹਨੂੰ ਪਰਚਿਆਂ ਦੇ ਜ਼ਰੀਏ ਤੇ ਸਾਡੇ ਦਹਿਸ ਪਾ ਕੇ ਦਿਵਾਉਣਾ ਚਾਹੁੰਦੀ ਹੈ। ਇਸ ਲਈ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਦੀ ਮੁਲਾਜ਼ਮ ਲਹਿਰ ਤੇ ਪੈਨਸ਼ਨ ਲਹਿਰ ਇਹਨਾਂ ਪਰਚਿਆਂ ਤੋਂ ਡਰਨ ਵਾਲੀ ਨਹੀਂ, ਉਹ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖੂਗੀ।